ਹਾਂਜੀ ਸਟੂਡੈਂਟਸ, ਵੈਲਕਮ ਕਰਦੇ ਹਾਂ ਤੁਹਾਡਾ ਤੂਰ ਸਟੱਡੀ ਕਲਾਸ ਯੂਟਿਊਬ ਚੈਨਲ ਦੇ ਵਿੱਚ। ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਟੂਡੈਂਟਸ ਦੇ ਲਈ ਸਮੈਸਟਰ ਫਸਟ ਜਿਹੜਾ ਕਿ ਤੁਹਾਡਾ 30 ਨਵੰਬਰ ਨੂੰ ਪੇਪਰ ਹੋਣਾ, ਉਸਦੇ ਲਈ ਪੰਜਾਬੀ ਲਾਜ਼ਮੀ ਦਾ ਤੁਹਾਡਾ ਕੀ ਪਾਸਿੰਗ ਫਾਰਮੂਲਾ, ਕਿਹੜੇ ਕਿਹੜੇ ਮੋਸਟ ਇੰਪੋਰਟੈਂਟ ਟੋਪਿਕਸ ਨੇ ਅਤੇ ਤੁਹਾਡਾ ਕੀ ਫਾਰਮੂਲਾ ਪਾਸਿੰਗ ਅਤੇ ਤੁਸੀਂ ਕਿੱਦਾਂ ਤਿਆਰੀ ਕਰਨੀ, ਉਹ ਆਪਾਂ ਤੁਹਾਡੇ ਨਾਲ ਇਸ ਵੀਡੀਓ 'ਚ ਡਿਸਕਸ ਕਰਾਂਗੇ। ਨਾਲ ਦੀ ਨਾਲ ਤੁਹਾਡੇ ਪ੍ਰੀਵੀਅਸ ਈਅਰ ਕੁਸ਼ਚਨ ਪੇਪਰ ਅਤੇ ਮਾਡਲ ਟੈਸਟ ਪੇਪਰ, ਕਿਉਂਕਿ ਮਾਡਲ ਟੈਸਟ ਪੇਪਰ ਅਤੇ ਪ੍ਰੀਵੀਅਸ ਈਅਰ ਕੁਸ਼ਚਨ ਪੇਪਰਸ ਦੇ ਵਿੱਚੋਂ ਬਹੁਤ ਸਾਰਾ ਪੇਪਰ ਹੈ ਜਿਹੜੇ ਕਿ ਰਿਪੀਟ ਹੁੰਦਾ ਹੁੰਦਾ। ਸੋ ਵੀਡੀਓ ਨੂੰ ਧਿਆਨ ਦੇ ਨਾਲ ਦੇਖਣਾ ਅਤੇ ਵੱਧ ਤੋਂ ਵੱਧ ਸਟੂਡੈਂਟਸ ਵੀਡੀਓ ਨੂੰ ਸ਼ੇਅਰ ਕਰਨਾ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਆਪਾਂ ਨੇ ਜਿਹੜੇ ਕਿ ਪੰਜਾਬੀ ਲਾਜ਼ਮੀ ਦਾ ਕਾਫੀ ਜ਼ਿਆਦਾ ਸਿਲੇਬਸ ਅਪਲੋਡ ਹੈ, ਮੈਂ ਤੁਹਾਨੂੰ ਦਿਖਾਉਂਦੀ ਹਾਂ ਤੁਸੀਂ ਕਿੱਦਾਂ ਸਰਚ ਕਰਨਾ। ਤੁਸੀਂ ਯੂਟਿਊਬ 'ਤੇ ਤੂਰ ਸਟੱਡੀ ਕਲਾਸਿਸ ਚੈਨਲ ਨੂੰ ਸਰਚ ਕਰਨਾ, ਦੈਨ ਤੁਸੀਂ ਉਸ ਤੋਂ ਬਾਅਦ ਇਸ ਦੀ ਪਲੇਲਿਸਟ ਦੇ ਵਿੱਚ ਆਉਣਾ, ਠੀਕ ਹੈ। ਪਲੇਲਿਸਟ ਨੂੰ ਕਲਿੱਕ ਕਰਨਾ ਤੁਸੀਂ, ਜੋ ਤੁਸੀਂ ਪਲੇਲਿਸਟ ਨੂੰ ਕਲਿੱਕ ਕਰੋਗੇ ਨਾ ਸਟੂਡੈਂਟਸ, ਇਹਨੂੰ ਨੀਚੇ ਸਕਰੋਲ ਕਰਨਾ ਤੁਸੀਂ। ਹਾਂਜੀ, ਜਦੋਂ ਤੁਸੀਂ ਨੀਚੇ ਸਕਰੋਲ ਕੀਤਾ ਤਾਂ ਤੁਸੀਂ ਤੁਹਾਨੂੰ ਪੰਜਾਬੀ ਲਾਜ਼ਮੀ ਦੇ ਵਿੱਚ ਜਿਹੜੀਆਂ ਕਿ ਹੈਗੀਆਂ ਨੇ, ਹਾਂਜੀ, BA ਸੈਮ ਫਸਟ ਕਹਾਣੀਆਂ, ਇਸ ਨੂੰ ਤੁਸੀਂ ਓਪਨ ਕਰਨਾ। ਜਦੋਂ ਤੁਸੀਂ ਇਹਨੂੰ ਓਪਨ ਕਰੋਗੇ ਤਾਂ ਤੁਹਾਨੂੰ ਇਹਦੇ ਵਿੱਚ ਕਹਾਣੀਆਂ ਦੇ ਸਾਰ ਵਿਸ਼ਾ ਵਸਤੂ ਉਹ ਮਿਲ ਜਾਣਗੇ, ਜਿਵੇਂ ਕਰਾਮਾਤ ਕਹਾਣੀ, ਮਰਨ ਰੁੱਤ ਕਹਾਣੀ, ਖਸਮਾ ਕਹਾਣੀ, ਸਾਰੇ ਤਾਂਸ਼ ਦੀ ਆਦਤ, ਮੇਨ ਮੋਸਟ ਇੰਪੋਰਟੈਂਟ ਕਹਾਣੀਆਂ ਨੇ ਇਹਦੇ ਵਿੱਚ, ਠੀਕ ਹੈ। ਮੋਸਟ ਇੰਪੋਰਟੈਂਟ ਜਿਹੜੀਆਂ ਕਹਾਣੀਆਂ ਸਾਰੀਆਂ ਆਪਾਂ ਨੇ ਕਰਵਾਈਆਂ ਹੋਈਆਂ ਨੇ, ਇਹਦੇ ਵਿੱਚ ਤੁਹਾਨੂੰ ਕਹਾਣੀਆਂ ਮਿਲ ਜਾਣਗੀਆਂ। ਬਾਕੀ ਜਿਹੜਾ ਮਿਡਲ ਹੈ, ਕੀ ਹੈ, ਪੈਰਾ ਕੀ ਹੈ, ਹੈ ਨਾ, ਇੰਪੋਰਟੈਂਟ ਲੇਖ ਕਿਹੜੇ ਕਿਹੜੇ ਨੇ ਅਤੇ ਪ੍ਰੈਸ ਰਿਪੋਰਟ ਕੀ ਆ, ਅਖਬਾਰੀ ਰਿਪੋਰਟ ਕੀ ਆ, ਉਹ ਤੁਹਾਨੂੰ ਮਿਲਣਗੀਆਂ। ਅੱਗੇ ਪਲੇਲਿਸਟ ਨੂੰ ਅੱਗੇ ਜਿਹੜੇ ਕਿ ਪਲੇਲਿਸਟ ਦੇ ਵਿੱਚ ਜਾਣਾ, ਹਾਂਜੀ, ਇਹਨੂੰ ਅੱਗੇ ਸਕਰੋਲ ਕਰਨਾ ਥੋੜ੍ਹਾ ਨੀਚੇ ਜੀ, ਨੋ ਪਲੇਲਿਸਟ ਸਮੈਸਟਰ ਫਸਟ ਵਾਲੀ। ਹਾਂਜੀ ਦੇਖੋ, BA ਸਮੈਸਟਰ ਫਸਟ ਪੰਜਾਬੀ ਯੂਨੀਵਰਸਿਟੀ ਪਟਿਆਲਾ, BA ਸਮੈਸਟਰ ਫਸਟ ਪੰਜਾਬੀ ਯੂਨੀਵਰਸਿਟੀ ਪਟਿਆਲਾ, ਇਹਨੂੰ ਤੁਸੀਂ ਓਪਨ ਕਰਨਾ। ਇਹਦੇ ਵਿੱਚ ਤੁਹਾਨੂੰ ਇੰਗਲਿਸ਼ ਦੇ ਵੀ ਸਾਰੇ ਵੀਡੀਓਜ਼ ਬਹੁਤ ਹੀ ਈਜ਼ੀ ਵਰਡਿੰਗ ਦੇ ਵਿੱਚ ਕਰਵਾਏ ਹੋਏ ਨੇ, ਠੀਕ ਆ। ਆਲ ਚੈਪਟਰਸ ਦਾ ਵਨ ਆਨਸਰ ਕਰਵਾਇਆ ਹੋਇਆ, ਤਾਂ ਇਹਨੂੰ ਜਦੋਂ ਤੁਸੀਂ ਨੀਚੇ ਕਰੋਗੇ ਤਾਂ ਇਸ ਦੇ ਵਿੱਚ ਗ੍ਰੈਮਰ ਵੀ ਹੈ, ਠੀਕ ਹੈ, ਕਿਉਂਕਿ ਆਲ ਸਬਜੈਕਟਸ ਹੀ ਹੈ ਇਹ, ਇਹਦੇ ਵਿੱਚ ਸਾਰੇ ਸਬਜੈਕਟ ਕਰਵਾਏ ਹੋਏ ਨੇ, ਹਿਸਟਰੀ, ਪੋਲੀਟੀਕਲ ਸਾਇੰਸ, ਠੀਕ ਹੈ, ਇਕਨੋਮਿਕਸ, ਫਿਜ਼ੀਕਲ ਐਜੂਕੇਸ਼ਨ, ਪੰਜਾਬੀ ਲਿਟਰੇਚਰ, ਇੰਗਲਿਸ਼ ਲਿਟਰੇਚਰ। ਹਾਂਜੀ, ਇਹਨੂੰ ਤੁਸੀਂ ਨੀਚੇ ਸਕਰੋਲ ਕਰਨਾ। ਦੇਖੋ, ਨਿੱਕੀ ਕਹਾਣੀ ਕੀ ਹੈ, ਨਿੱਕੀ ਕਹਾਣੀ ਦਾ ਸਰੂਪ ਕੀ ਆ, ਪ੍ਰਕਿਰਤੀ ਕੀ ਹੈ, ਅਤੇ ਕਹਾਣੀਆਂ ਦੇ ਜਿਹੜੇ ਸ਼ਾਰਟ ਕੁਸ਼ਚਨ ਆਨਸਰ ਨੇ, ਮੁੱਖ ਪਾਤਰ ਪਾਤਰ ਕਿਹੜੇ ਨੇ, ਇਹਨਾਂ ਦੇ ਵਿੱਚ ਉਹ ਕੁਸ਼ਚਨ ਆਨਸਰ ਨੇ, ਅਤੇ ਉਸ ਤੋਂ ਇਲਾਵਾ ਪ੍ਰੀਵੀਅਸ ਈਅਰ ਕੁਸ਼ਚਨ ਪੇਪਰ ਵੀ ਨੇ, ਅਤੇ ਲੇਖ ਕੀ ਹੈ, ਨਿੱਕੀ ਕਹਾਣੀ ਕੀ ਹੈ, ਠੀਕ ਹੈ। ਇਹ ਦੋਨਾਂ ਪਲੇਲਿਸਟ ਦਾ ਮੈਂ ਲਿੰਕ ਕਮੈਂਟ ਬਾਕਸ ਦੇ ਵਿੱਚ ਪਿੰਨ ਕਰ ਦੂੰਗੀ। ਮਿੰਨੀ ਕਹਾਣੀ ਕੀ ਹੈ, ਮਿੰਨੀ ਕਹਾਣੀ ਦੀ ਪਰਿਭਾਸ਼ਾ, ਦੈਨ ਉਸ ਤੋਂ ਬਾਅਦ ਖਬਰ ਕੀ ਆ, ਖਬਰ ਅਤੇ ਬੰ ਖਬਰ ਅਤੇ ਬਣਤਰ ਦੇ ਵਿੱਚ ਤੱਤ, ਬਣਤਰ ਇਹਦੇ ਤੱਤ ਖਬਰ ਦੇ, ਲੰਬੀ ਕਹਾਣੀ ਕੀ ਹੈ, ਪ੍ਰੈਸ ਰਿਪੋਰਟ ਕੀ ਹੈ, ਮਿਡਲ ਕੀ ਹੈ, ਅਖਬਾਰੀ ਲੇਖ ਕੀ ਹੈ, ਠੀਕ ਹੈ। ਅਤੇ ਕਹਾਣੀ ਕਰ ਰਹੇ ਸੈਕਿੰਡ ਪਾਰਟ ਆ ਵੀ ਕਿੱਦਾਂ ਯਾਦ ਕਰ ਰਹੇ ਤੁਸੀਂ, ਕਿਹੜੀ ਕਹਾਣੀ ਕਿਸ ਦੀ ਹੈ, ਕਿਉਂਕਿ ਸ਼ਾਰਟ ਕੁਸ਼ਚਨ ਆਉਂਦੇ ਹੁੰਦੇ ਨੇ ਐਵੇਂ ਅਤੇ। ਹਾਂਜੀ, ਇਹ ਤਾਂ ਤੁਹਾਨੂੰ ਜਿਹੜੀ ਕਿ ਸਿਲੇਬਸ ਆਪਾਂ ਨੇ ਜੋ ਕਰਵਾਇਆ ਹੋਇਆ ਉਹ ਤੁਹਾਨੂੰ ਦੱਸਿਆ। ਹੁਣ ਤੁਹਾਡਾ ਪਾਸਿੰਗ ਫਾਰਮੂਲਾ ਐਂਡ ਆਪਾਂ ਪ੍ਰੀਵੀਅਸ ਈਅਰ ਕੁਸ਼ਚਨ ਪੇਪਰ ਦੇਖਦੇ ਹਾਂ। ਹਾਂਜੀ, ਅਤੇ ਮਾਡਲ ਟੈਸਟ ਪੇਪਰ ਤੁਹਾਡਾ ਜਿਹੜਾ ਇਗਜ਼ਾਮ ਉਹ 75 ਮਾਰਕਸ ਦਾ ਹੋਣਾ, ਜਿਸ ਦੇ ਵਿੱਚੋਂ ਤੁਹਾਡੇ ਪਾਸਿੰਗ ਮਾਰਕਸ ਹੋਣਗੇ ਸਟੂਡੈਂਟਸ 26 ਤਾਂ 26 ਦੇ ਲਈ ਤਾਂ ਤੁਸੀਂ ਕਿਹੜੀ ਕਿਹੜੀ ਚੀਜ਼ ਯਾਦ ਕਰਨੀ ਹੈ, ਸਭ ਤੋਂ ਪਹਿਲਾਂ ਤਾਂ ਕਹਾਣੀਆਂ ਯਾਦ ਕਰੋ। ਕਹਾਣੀਆਂ ਕਿੰਨੀਆਂ ਯਾਦ ਕਰਨੀਆਂ ਨੇ, ਇੱਕ ਤਾਂ ਹੈਗਾ ਸਟੂਡੈਂਟਸ ਜਿਹੜੀਆਂ ਤੁਹਾਡੇ ਮਾਡਲ ਟੈਸਟ ਪੇਪਰ 'ਚ ਆਈਆਂ ਹੋਈਆਂ ਨੇ ਕਹਾਣੀਆਂ, ਅਤੇ ਜਿਹੜੀਆਂ ਹੈਗੀਆਂ ਨੇ ਪ੍ਰੀਵੀਅਸ ਈਅਰ ਕੁਸ਼ਚਨ ਪੇਪਰ ਦੇ ਵਿੱਚ, ਉਹ ਤੁਸੀਂ ਆਪਣੀਆਂ ਕਹਾਣੀਆਂ ਯਾਦ ਕਰ ਲਓ, ਠੀਕ ਹੈ। ਜਾਂ ਫਿਰ ਤੁਸੀਂ ਕੀ ਆ, ਤੁਹਾਡੇ ਕੋਲ ਇੱਕ ਟ੍ਰਿਕ, ਦੇਖੋ ਤੁਹਾਡੇ ਕਹਾਣੀਆਂ ਹੈਗੀਆਂ ਨੇ 21 ਦੇ ਵਿੱਚੋਂ ਤੁਸੀਂ ਜਾਂ ਤਾਂ ਫਸਟ 15 ਜਾਂ ਲਾਸਟ 15 ਜਾਂ ਪਹਿਲੀਆਂ 15 ਜਾਂ ਲਾਸਟ 15, ਠੀਕ ਹੈ, ਯਾਦ ਕਰ ਲਓ।
ਪਹਿਲੀਆਂ 15 ਜਾਂ ਲਾਸਟ 15। ਪਹਿਲੀਆਂ 15 ਕਿਹੜੀਆਂ ਬਣਦੀਆਂ ਤੁਸੀਂ ਦੇਖ ਸਕਦੇ ਹੋ, ਮੈਂ ਸਾਰੇ ਨੰਬਰ ਵਾਈਜ਼ ਲਿਖੇ ਹੋਏ ਨੇ, ਫਸਟ, ਸੈਕੰਡ, ਥਰਡ, ਫੋਰਥ, ਠੀਕ ਹੈ, 9, 10, 11, 12, 13, 14, 15। ਜਾਂ ਤਾਂ ਪਹਿਲੀਆਂ 15 ਜਾਂ ਲਾਸਟ 15, ਲਾਸਟ 15 21 ਤੋਂ ਸ਼ੁਰੂ ਹੋ ਜਾਊ, ਫਸਟ, ਸੈਕਿੰਡ, ਠੀਕ ਹੈ, ਥਰਡ, ਫੋਰ, ਫਾਈਵ, ਸਿਕਸ, ਸੈਵਨ, ਏਟ, ਨਾਈਨ, 10, 11, 12, 13, 14, 15, 15, ਠੀਕ ਹੈ, ਦਸੌਂਦਾ ਸਿੰਘ ਤੱਕ ਇਹ ਹੋ ਗਿਆ। ਜਾਂ ਤਾਂ ਫਸਟ ਪਹਿਲੀਆਂ 15 ਜਾਂ ਲਾਸਟ 15, ਇੱਕ ਤਾਂ ਤੁਸੀਂ ਇਹ ਕਰ ਲੈਣੀ, ਕਿਉਂਕਿ ਇਹਦੇ ਵਿੱਚ ਤੁਹਾਨੂੰ 3 ਕਹਾਣੀਆਂ ਆਉਣੀਆਂ ਨੇ, 3 ਦੇ ਵਿੱਚੋਂ ਤੁਸੀਂ ਕੋਈ ਜਿਹੜੇ ਕਿ ਇੱਕ ਦਾ ਸਾਰ ਵਿਸ਼ਾ ਵਸਤੂ ਉਹ ਕਰਨਾ ਹੋਊਗਾ, ਅਤੇ ਉਹ ਹੋਊਗਾ ਤੁਹਾਡਾ 12 ਮਾਰਕਸ ਦਾ, ਠੀਕ ਹੈ। ਤੁਹਾਡੇ ਪਾਸਿੰਗ ਫਾਰਮੂਲੇ ਦੇ ਵਿੱਚ ਬਹੁਤ ਹੈਲਪ ਹੋਊਗੀ ਇਹਦੇ ਵਿੱਚੋਂ, ਅਤੇ ਇੱਕ ਤੁਸੀਂ ਤੁਹਾਡਾ ਪਾਸਿੰਗ ਫਾਰਮੂਲੇ ਦੇ ਵਿੱਚ ਹੈਲਪ ਹੋਊਗੀ ਕਹਾਣੀ ਕੀ ਹੈ, ਲੰਬੀ ਕਹਾਣੀ ਕੀ ਹੈ, ਮਿੰਨੀ ਕਹਾਣੀ ਦੀ ਬਣਤਰ, ਅਤੇ ਇਹਨਾਂ ਦੇ ਆਪਸੀ ਵਖਰੇਵਾਂ। ਕਹਾਣੀ ਕੀ ਹੈ, ਇਹ ਕਿੰਨੇ ਕੁਸ਼ਚਨ ਬਣਦੇ ਨੇ ਦੇਖੋ, ਪਹਿਲਾਂ ਤਾਂ ਕਹਾਣੀ ਕੀ ਹੈ, ਇਹੀ ਹੋਗਾ 2, 3, 4, ਠੀਕ ਹੈ, 4 ਅਤੇ 5 ਮੈਂ ਇਹਨਾਂ ਦੇ ਵਿੱਚ ਆਪਸੀ ਵਖਰੇ ਮੈਂ, ਇਹ 5 ਕੁਸ਼ਚਨ ਨੇ, 5 ਕੁਸ਼ਚਨਾਂ ਦੇ ਵਿੱਚ ਤੁਸੀਂ 3 ਕੁਸ਼ਚਨ ਕਰ ਲਓ, ਕਿਉਂਕਿ ਇਗਜ਼ਾਮ ਦੇ ਵਿੱਚ ਤੁਹਾਨੂੰ ਕਿੰਨੇ ਕੁਸ਼ਚਨ ਆਉਣੇ ਨੇ, ਜਿਹੜੇ ਕਿ ਇਗਜ਼ਾਮ ਦੇ ਵਿੱਚ ਤੁਹਾਨੂੰ ਆਉਣਗੇ 2 ਪੁੱਛੇ ਜਾਣਗੇ, 2 ਦੇ ਵਿੱਚ ਤੁਸੀਂ 1 ਕਰਨਾ ਹੋਊਗਾ, ਕਹਾਣੀਆਂ ਜਿਹੜੇ ਕਿ 3 ਆਉਣਗੀਆਂ। ਤਾਂ ਇਹਦੇ ਲਈ ਤੁਸੀਂ ਜਿਹੜੇ ਕਿ ਕਹਾਣੀ ਕੀ ਹੈ, ਇੱਕ ਤਾਂ ਇਹ ਕਰ ਲਓ, ਨਿੱਕੀ ਕਹਾਣੀ, ਲੰਬੀ ਕਹਾਣੀ, ਮਿੰਨੀ ਕਹਾਣੀ ਕੀ ਹੈ, ਇਹ ਇਹ 4 ਟੋਪਿਕ ਕਰ ਲਓ, ਇਹਨਾਂ ਦਾ ਵਖਰੇਵਾਂ ਛੱਡ ਦਿਉ, ਠੀਕ ਹੈ। ਜਾਂ ਫਿਰ ਤੁਸੀਂ ਕੀ ਕਰ ਲਓ, ਵਖਰੇਵੇਂ ਵਾਲਾ ਕੁਸ਼ਚਨ ਕਰ ਲਓ, 1 ਇਹਦੇ ਨਾਲ ਜਿਹੜੇ ਕਿ ਮਿੰਨੀ ਕਹਾਣੀ ਕੀ ਹੈ, ਲੰਬੀ ਕਹਾਣੀ ਕੀ ਹੈ, ਇਹ ਕਰ ਲਓ, ਠੀਕ ਹੈ। ਅਤੇ ਕਹਾਣੀ ਕੀ ਹੈ, ਕਹਾਣੀ ਕੀ ਹੈ, ਇਹਨੂੰ ਛੱਡ ਦਿਉ, ਮਤਲਬ ਕਿ ਇਸ ਢੰਗ ਦੇ ਨਾਲ ਕਰਨਾ। ਵੈਸੇ ਤੁਸੀਂ ਜੇ ਵਖਰੇਵਾਂ ਦੱਸੋ ਤਾਂ ਉੱਥੋਂ ਆਪਣੇ ਆਪ ਹੋ ਜੂਗਾ ਕੁਸ਼ਚਨ, ਤਾਂ ਤੁਸੀਂ ਯਾਦ ਕਰਨ ਦੀ ਵੀ ਜ਼ਰੂਰਤ ਨਹੀਂ ਹੈਗੀ। ਪਹਿਲਾਂ ਨਿੱਕੀ ਕਹਾਣੀ ਕੀ ਹੈ, ਨਿੱਕੀ ਕਹਾਣੀ ਦੀ ਪਰਿਭਾਸ਼ਾ ਦੱਸ ਦਿਓ, ਫਿਰ ਲੰਬੀ ਕਹਾਣੀ ਦੀ ਪਰਿਭਾਸ਼ਾ ਦੱਸ ਦਿਓ, ਜਿਹਦੇ ਵਿੱਚ ਵੀ ਤੁਹਾਨੂੰ ਅੰਤਰ ਪੁੱਛ ਲਿਆ। ਮੰਨ ਲਓ ਤੁਹਾਨੂੰ ਲੰਬੀ ਕਹਾਣੀ ਅਤੇ ਮਿੰਨੀ ਕਹਾਣੀ 'ਚ ਅੰਤਰ ਪੁੱਛ ਲਿਆ, ਤੁਸੀਂ ਪਹਿਲਾਂ ਲੰਬੀ ਕਹਾਣੀ ਦੀ ਪਰਿਭਾਸ਼ਾ ਦੇ ਦਿਓ, ਫਿਰ ਮਿੰਨੀ ਕਹਾਣੀ ਦੀ ਪਰਿਭਾਸ਼ਾ ਦੇ ਦਿਓ, ਫਿਰ ਇਹਨਾਂ ਦੇ ਵਿੱਚ ਤੱਤ ਲੰਬੀ ਕਹਾਣੀ ਦੇ ਕਿਹੜੇ ਕਿਹੜੇ ਤੱਤ ਨੇ, ਫਿਰ ਨਾਲ ਦੀ ਨਾਲ ਮਿੰਨੀ ਕਹਾਣੀ ਦੇ ਕਿਹੜੇ ਕਿਹੜੇ ਤੱਤ ਨੇ, ਆਪਸ ਦੇ ਵਿੱਚ ਵਖਰੇਵਾਂ ਹੋ ਜੂਗਾ, ਠੀਕ ਹੈ। ਜਿਹਦੇ ਮਰਜ਼ੀ ਬਾਰੇ ਪੁੱਛ ਲੈਣ, ਜਦੋਂ ਤੁਹਾਨੂੰ ਇਹ 3 ਟੋਪਿਕ ਯਾਦ ਹੋ ਗਏ, ਨਿੱਕੀ ਕਹਾਣੀ, ਲੰਬੀ ਕਹਾਣੀ, ਮਿੰਨੀ ਕਹਾਣੀ, ਤਾਂ ਤੁਹਾਡੇ ਸਾਰੇ ਕੁਸ਼ਚਨ ਕਵਰ ਹੋ ਜਾਣਗੇ। ਇੱਕ ਇਹਨਾਂ 'ਚ ਆਪਸੀ ਵਖਰੇਵਾਂ ਵੀ, ਕਹਾਣੀ ਕੀ ਇਹ ਵੀ, ਉਹਦੇ ਵਿੱਚ ਸਾਰਾ ਕਵਰ ਹੋ ਜਾਣਾ, ਠੀਕ ਹੈ। ਇਹ ਕਰਨਾ, ਇਹ ਵੀ 12 ਮਾਰਕਸ ਦਾ, ਤਾਂ ਇੱਥੇ ਤੁਹਾਡੇ 24 ਮਾਰਕਸ ਹੋ ਗਏ, 12, 12, ਠੀਕ ਹੈ। ਤੁਹਾਨੂੰ ਚਾਹੀਦਾ 26, ਤਾਂ ਮੰਨ ਲਓ ਇਹਦੇ ਵਿੱਚੋਂ ਤੁਹਾਨੂੰ ਵੀ 12 'ਚੋਂ 12 ਨੰਬਰ ਨਹੀਂ ਆਏ, ਤਾਂ 10, 10 ਤਾਂ ਆ ਜਾਣਗੇ, 8, 8 ਤਾਂ ਆ ਜਾਣਗੇ। ਜੇ ਆਪਾਂ 8, 8 ਵੀ ਲਗਾਏ ਤਾਂ 16 ਇੱਥੇ ਹੋ ਗਏ, ਮੰਨ ਲਓ ਆਪਾਂ ਘੱਟ ਤੋਂ ਘੱਟ ਲਗਾ ਕੇ ਚੱਲਦੇ ਹਾਂ, ਹੈ ਨਾ, 16 ਇੱਥੇ ਹੋ ਗਏ, ਫਿਰ ਤੁਹਾਡੇ 10 ਮਾਰਕਸ ਕਿੱਥੋਂ ਆਉਣਗੇ। ਉਹ 10 ਮਾਰਕਸ ਲੈਣ ਦੇ ਲਈ ਤੁਸੀਂ ਜਿਹੜੇ ਕਿ ਇੱਥੋਂ ਲੇਖ ਕੀ ਹੈ, ਪੈਰਾ ਕੀ ਹੈ, ਅਖਬਾਰੀ ਲੇਖ ਕੀ ਹੈ, ਮਿਡਲ ਕੀ ਹੈ, ਪ੍ਰੈਸ ਕੀ ਹੈ। ਅਤੇ ਇੱਕ ਸਟੂਡੈਂਟਸ ਜਿਹੜੀਆਂ ਕਹਾਣੀ ਆਪਾਂ ਨੇ ਕਿਹਾ ਵੀ ਤੁਸੀਂ ਪਹਿਲੀਆਂ 15 ਕਰ ਲਓ, ਲਾਸਟ ਵਾਲੀਆਂ ਛੱਡ ਦਿਓ ਜਿਹੜੀਆਂ, ਹੈ ਨਾ, 6, ਤਾਂ ਉਹਨਾਂ 6 ਦੇ ਸ਼ਾਰਟ ਕੁਸ਼ਚਨ ਜ਼ਰੂਰ ਪੜ੍ਹ ਲਿਓ, ਠੀਕ ਹੈ, ਕਿਉਂਕਿ ਸ਼ਾਰਟ ਕੁਸ਼ਚਨ ਤੁਹਾਨੂੰ ਕੋਈ ਚੁਆਇਸ ਨਹੀਂ ਆਉਣੀ। ਹਾਂਜੀ, ਇਹਨਾਂ 'ਚੋਂ ਤੁਸੀਂ ਕਿਹੜੇ ਕਿਹੜੇ ਕਰਨੇ ਨੇ, ਇਹਨਾਂ ਦੇ ਵਿੱਚ ਵੀ ਇਹਨਾਂ ਦਾ ਰੂਪ ਬਾਰੇ ਪੁੱਛ ਸਕਦੇ ਨੇ, ਇਹਨਾਂ ਦਾ ਨਖੇੜਾ ਵੀ ਪੁੱਛ ਸਕਦੇ ਨੇ, ਨਖੇੜੇ ਵਾਲੇ ਤਾਂ ਸਾਰਾ ਪਿੱਛੇ ਕਵਰ ਹੋ ਜੂਗਾ। ਜਦੋਂ ਲੇਖ ਕੀ ਹੈ, ਪੈਰਾ ਕੀ, ਇਹਦੇ 'ਚ ਨਖੇੜਾ ਗਿਆ, ਪਹਿਲਾਂ ਤੁਸੀਂ ਲੇਖ ਲਿਖ ਦੇਣਾ ਵੀ ਕੀ ਹੈ, ਫਿਰ ਪੈਰੇ ਬਾਰੇ ਲਿਖ ਦੇਣਾ ਕੀ ਹੈ, ਉਹ 'ਚ ਆਪਸ ਦੇ ਵਿੱਚ ਵਖਰੇਵਾਂ ਹੋ ਜੂਗਾ। ਇਹ 'ਚ ਤੁਹਾਡੇ ਹੈਗੇ ਨੇ 6, 6 ਦੇ ਵਿੱਚੋਂ ਤੁਸੀਂ ਜਿਹੜੇ ਕਿ ਫਸਟ, ਜਿਹੜੇ ਕਿ 4 ਕਰ ਲਓ, ਫਸਟ 4 ਕਰ ਲਓ ਜਾਂ ਲਾਸਟ 4 ਕਰ ਲਓ, ਫਸਟ 4 ਜਾਂ ਲਾਸਟ 4, ਲਾਸਟ 4 ਅਖਬਾਰੀ ਲੇਖ, ਮਿਡਲ, ਪ੍ਰੈਸ, ਰਿਪੋਰਟ, ਖਬਰ, ਜਾਂ ਫਿਰ ਤੁਸੀਂ ਲੇਖ, ਪੈਰਾ, ਅਖਬਾਰੀ ਲੇਖ ਅਤੇ ਮਿਡਲ, ਇਹ ਵਾਲੇ ਕਰ ਲਓ, ਮਤਲਬ ਕਿ ਜ਼ਿਆਦਾ ਫਸਟ 4 ਜਾਂ ਲਾਸਟ 4 ਇਹ ਕਰ ਲਓ, ਠੀਕ ਹੈ। ਅਤੇ ਜਿਹੜੇ ਹੈਗੇ ਨੇ ਤੁਹਾਡੇ ਲੇਖ, ਲੇਖ ਤੁਸੀਂ ਦੇਖੋ ਜਿਹੜੇ ਸਿਲੇਬਸ ਦੇ ਵਿੱਚ ਮੈਨਸ਼ਨ ਕੀਤੇ ਉਹਨੇ ਇਹੀ ਕਰਨੇ ਨੇ, ਇਹ ਤੋਂ ਬਾਹਰ ਨਹੀਂ ਆਉਣਗੇ। ਜਿਹੜੇ ਸਿਲੇਬਸ ਦੇ ਵਿੱਚ ਮੈਨਸ਼ਨ ਨਹੀਂ ਕਰਨੇ ਨੇ, ਜਿਵੇਂ ਸਮਕਾਲ ਨਾਲ ਸੰਬੰਧਿਤ, ਸਮਾਜਿਕ ਮਸਲਿਆਂ ਵਾਲਾ, ਸਮਾਜਿਕ ਨਿਆਂ, ਲਿੰਗਿਕ ਬਰਾਬਰੀ, ਧਾਰਮਿਕ ਨਿਰਪੱਖਤਾ, ਖੇਤਰਵਾਦ, ਇਹ ਕਰ ਲਓ, ਜਾਂ ਸਿੱਖਿਆ ਵਿੱਚ ਮਾਤ ਭਾਸ਼ਾ ਦਾ ਮਹੱਤਵ, ਠੀਕ ਹੈ। ਅਤੇ ਪ੍ਰੀਵੀਅਸ ਈਅਰ ਵਾਲੇ ਸਾਰੇ ਯਾਦ ਕਰ ਲੈਣੇ ਨੇ, ਅਤੇ ਮਾਡਲ ਟੈਸਟ ਪੇਪਰ ਵਾਲੇ। ਵਿਗਿਆਨ, ਸਿੱਖਿਆ ਅਤੇ ਮਾਤ ਭਾਸ਼ਾ, ਤਕਨੀਕੀ ਵਿਕਾਸ ਅਤੇ ਵਾਤਾਵਰਨ, ਅਜੋਕੀ ਗੀਤਾਕਾਰੀ ਦੇ ਵਿੱਚ ਹਿੰਸਾ, ਠੀਕ ਹੈ, ਇਹ ਵਾਲੇ ਇਹ ਸਾਰੇ ਕਰ ਲੈਣੇ ਨੇ। ਹਾਂਜੀ, ਪ੍ਰੀਵੀਅਸ ਈਅਰ ਕੁਸ਼ਚਨ ਪੇਪਰ, ਇਹ
ਸਟੂਡੈਂਟਸ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਨੇ, ਇੱਕ ਤਾਂ ਹੈਗਾ 2022 ਵਾਲਾ ਅਤੇ ਇੱਕ 2023 ਦੇ ਵਿੱਚ, ਕਿਉਂਕਿ ਇੱਕ ਰੈਗੂਲਰ ਵਾਲੇ ਬੱਚਿਆਂ ਦਾ ਹੋਏ ਸੀ, ਇੱਕ ਪ੍ਰਾਈਵੇਟ ਵਾਲਿਆਂ ਦਾ ਹੋਏ ਸੀ। ਹੁਣ ਆਪਾਂ ਜਿਹੜਾ 13 ਤੁਹਾਡਾ ਐਗਜ਼ਾਮ ਹੋਣਾ ਰੈਗੂਲਰ ਵਾਲਿਆਂ ਦਾ ਹੀ ਹੋਣਾ, ਸੋ ਇਹਦੇ ਵਿੱਚ ਤੁਹਾਨੂੰ ਇਹ ਤਿੰਨੋਂ ਹੀ ਜਿਹੜੇ ਕਿ ਟੈਸਟ ਪੇਪਰ ਪ੍ਰੀਵੀਅਸ ਇੰਪੋਰਟੈਂਟ ਹੋਣਗੇ ਅਤੇ ਨਾਲ ਦੀ ਨਾਲ ਮਾਡਲ ਟੈਸਟ ਪੇਪਰ। ਪਹਿਲਾਂ ਆਪਾਂ ਜਿਹੜੇ ਕਿ ਇਹੀ ਦੇਖ ਲੈਂਦੇ ਹਾਂ ਆਪਣਾ, ਹਾਂਜੀ ਲੰਬੀ ਕਹਾਣੀ ਤੋਂ ਕੀ ਭਾਵ ਹੈ, ਜਿਵੇਂ ਇਹਦੇ ਤੱਤ ਪੁੱਛ ਲਏ, ਨਿੱਕੀ ਕਹਾਣੀ ਕੀ ਹੈ ਇਹਦੇ ਤੱਤ ਪੁੱਛ ਲਏ। ਦੇਖੋ ਐਵੇਂ ਕੁਸ਼ਚਨ ਆਉਂਦੇ ਹੁੰਦੇ, ਤਾਂ ਹੀ ਮੈਂ ਤੁਹਾਨੂੰ ਜੋ ਮੈਂ ਤੁਹਾਨੂੰ ਦੱਸੂੰਗੀ ਐਨ ਉਹਦੇ ਵਿੱਚੋਂ ਹੀ ਇਗਜ਼ਾਮ ਆਊਗਾ, ਠੀਕ ਹੈ। ਮੈਂ ਕਿਉਂਕਿ ਉਸ ਹਿਸਾਬ ਨਾਲ ਦੱਸ ਰਹੀ ਹਾਂ ਪ੍ਰੀਵੀਅਸ ਈਅਰ ਕੁਸ਼ਚਨਸ ਪੇਪਰ ਅਤੇ ਨਾਲ ਦੀ ਨਾਲ ਤੁਹਾਡੇ ਮਾਡਲ ਟੈਸਟ ਪੇਪਰਾਂ ਦੇ ਹਿਸਾਬ ਨਾਲ। ਹਾਂਜੀ ਕਹਾਣੀ ਇਹਦੇ ਵਿੱਚ ਪੇਮੀ ਦੇ ਨਿਆਣੇ ਖੱਬਲ ਕਰਾਮਾਤ, ਇਹ ਕਹਾਣੀ ਪੁੱਛ ਲਈ। ਅਤੇ ਭਾਗ ਅੜੇ ਦੇ ਵਿੱਚ ਖਬਰ ਅਤੇ ਪ੍ਰੈਸ ਰਿਪੋਰਟ ਦੇ ਵਿੱਚ ਅੰਤਰ ਵਖਰੇਵਾਂ ਨੂੰ ਸਪੱਸ਼ਟ ਕਰੋ। ਮਿਡਲ ਤੋਂ ਕੀ ਭਾਵ ਆ ਜਾਂ ਪੈਰੇ ਦੀ ਪਰਿਭਾਸ਼ਾ ਦੇਣੀ, ਇਹ ਤਿੰਨ ਆਉਣਗੇ, ਠੀਕ ਹੈ। ਇਹ ਤਿੰਨ ਨੇ ਸਟੂਡੈਂਟਸ, ਇਹ ਤਿੰਨ ਆਉਣਗੇ। ਵੈਸੇ ਮੈਂ ਤੁਹਾਨੂੰ ਦੱਸਿਆ ਕਿ ਚਾਰ ਕਾਲ ਦੋ ਛੱਡ ਸਕਦੇ ਹੋ, ਠੀਕ ਹੈ। ਅਤੇ ਦੇਖੋ ਲੇਖ, ਪੰਜਾਬੀ ਵਿੱਚ ਪ੍ਰਵਾਸ ਦੇ ਰੁਝਾਨ, ਅਜੋਕੀ ਗੀਤਕਾਰੀ ਵਿੱਚ ਹਿੰਸਾ, ਵਿਗਿਆਨ, ਸਿੱਖਿਆ ਅਤੇ ਮਾਤ ਭਾਸ਼ਾ। ਅਤੇ ਬਾਕੀ ਜਿਹੜੇ ਤੁਹਾਡੇ ਮਤਲਬ ਕਿ ਆਪਣੇ ਤੁਹਾਡੇ ਇੱਥੋਂ ਹੀ ਪਾਸਿੰਗ ਮਾਰਕਸ ਬਣ ਰਹੇ ਨੇ ਕਹਾਣੀ ਦੇ ਸਾਰਾਂ 'ਚੋਂ, ਲੰਬੀ ਅਤੇ ਨਿੱਕੀ ਕਹਾਣੀ ਇਹ ਵਾਲੇ ਫਸਟ ਵਾਲੇ ਕੁਸ਼ਚਨ ਤੋਂ, ਪ੍ਰੈਸ ਖਬਰ, ਠੀਕ ਹੈ, ਮਿਡਲ ਪੈਰਾ ਏ ਵਾਲੇ ਕੁਸ਼ਚਨਾਂ 'ਚੋਂ। ਇੱਥੇ ਇਹ ਤੁਹਾਡੇ 12 36 ਮਾਰਕਸ ਦਾ ਇਹ ਪਾਰਟ ਹੈ, ਇਹਦੇ ਵਿੱਚ ਤੁਹਾਡੇ ਆਰਾਮ ਨਾਲ 26 ਆਰਾਮ ਨਾਲ ਮਾਰਕਸ ਆ ਜਾਣਗੇ। ਅਤੇ ਬਾਕੀ ਜਿਹੜੇ ਸ਼ੋਰਟ ਕੁਸ਼ਚਨਸ ਨੇ ਉਹਦੇ ਵਿੱਚ ਤੁਹਾਡੇ ਪਾਸਿੰਗ ਤੋਂ ਵੱਧ ਮਾਰਕਸ ਆਉਣਗੇ, ਹੈ ਨਾ, ਅਤੇ ਲੇਖ ਉਹ ਤੋਂ ਵੱਧ ਮਾਰਕਸ ਬਣਨਗੇ। ਪੰਜਾਬੀ ਵਿੱਚ ਪ੍ਰਵਾਸ ਦੇ ਰੁਝਾਨ, ਜੋ ਕਿ ਗੀਤਕਾਰੀ ਵਿੱਚ ਹਿੰਸਾ, ਵਿਗਿਆਨ, ਸਿੱਖਿਆ ਅਤੇ ਮਾਤ ਭਾਸ਼ਾ। ਅਤੇ ਦੇਖੋ ਆਹ ਵਾਲੇ ਕੁਸ਼ਚਨ ਨੇ ਸਾਰੇ ਸ਼ੋਰਟ, ਨਿੱਕੀ ਕਹਾਣੀ ਦੀ ਪਰਿਭਾਸ਼ਾ, ਮਿੰਨੀ ਕਹਾਣੀ ਦੀ। ਜਦੋਂ ਤੁਸੀਂ ਇਹ ਲੌਂਗ ਕੁਸ਼ਚਨ ਕਰ ਲਏ ਤੁਹਾਨੂੰ ਸ਼ੋਰਟ ਯਾਦ ਕਰਨ ਦੀ ਵੀ ਜ਼ਰੂਰਤ ਨਹੀਂ ਹੈਗੀ, ਸਿਰਫ ਕਹਾਣੀਆਂ ਦੇ ਪੜ੍ਹ ਲਓ, ਕਿਉਂਕਿ ਕਹਾਣੀ ਦੇ ਵਿੱਚ ਤੁਹਾਨੂੰ ਤਾਂ ਹੀ ਪਤਾ ਲੱਗੂਗਾ ਨਾ ਜੇ ਉਹਦੇ ਵਿੱਚ ਹੋਊਗਾ ਮਟੀਰੀਅਲ ਜਿਹੜੇ ਤੁਸੀਂ ਛੱਡੀਆਂ ਨੇ। ਨਿੱਕੀ ਕਹਾਣੀ, ਮਿੰਨੀ ਕਹਾਣੀ ਤੁਸੀਂ ਜਦੋਂ ਕੁਸ਼ਚਨ ਲੌਂਗ ਕਰ ਲਏ ਤਾਂ ਉਹਦੇ ਵਿੱਚ ਹੀ ਹੋ ਜਾਣਗੀ। ਕਹਾਣੀਆਂ ਦੇ ਵੀ ਉਹਨਾਂ ਦੇ ਕੁਸ਼ਚਨ ਯਾਦ ਕਰ ਲਓ ਜਿਹੜੀਆਂ ਤੁਸੀਂ ਜਿਨ੍ਹਾਂ ਦੇ ਸਾਰ ਨਹੀਂ ਯਾਦ ਕਰ ਰਹੇ। ਹਾਂਜੀ ਦੇਖੋ ਇਹ ਤੁਹਾਡੇ 11 ਕੁਸ਼ਚਨਸ ਹੋਣਗੇ ਜਿਹਦੇ ਵਿੱਚ ਕੋਈ ਚੋਇਸ ਨਹੀਂ ਹੋਊਗੀ। ਅਤੇ ਹਾਂਜੀ ਅੱਗੇ ਇਹ ਪ੍ਰਾਈਵੇਟ ਵਾਲਿਆਂ ਦਾ ਪੇਪਰ ਹੈ, ਕਹਾਣੀ ਕੀ ਹੈ, ਇਹਦੀ ਬਣਤਰ ਅਤੇ ਨੋਟ, ਲੰਬੀ ਕਹਾਣੀ ਮਿੰਨੀ ਕਹਾਣੀ ਵਿੱਚ ਅੰਤਰ, ਕਹਾਣੀ ਹੈ ਭਾਬੀ ਮੈਣਾ ਕਰਾਮਾਤ ਮਰਨ ਰੁੱਤ, ਅਖਬਾਰੀ ਲੇਖ ਕੀ ਹੈ ਅਤੇ ਸਰੂਪ, ਲੇਖ ਅਤੇ ਪੈਰੇ ਵਿੱਚ ਅੰਤਰ, ਪ੍ਰੈਸ ਰਿਪੋਰਟ ਕੀ ਹੈ, ਇਹਦੀ ਬਣਤਰ ਤੱਤ, ਅਜੋਕੀ ਗੀਤਕਾਰੀ ਵਿੱਚ ਹਿੰਸਾ, ਮਾਤ ਭਾਸ਼ਾ ਦਾ ਮਹੱਤਵ, ਇੰਟਰਨੈਟ 'ਤੇ ਪਸਾਰ ਦੀਆਂ ਮੁਸ਼ਕਲਾਂ, ਭਾਗੀੜੀ ਦੇ ਵਿੱਚ ਕੁਸ਼ਚਨਸ ਨੇ, ਸ਼ੋਰਟ ਮਿੰਨੀ ਕਹਾਣੀ ਦੀ ਬਣਤਰ, ਇਹਦੇ ਬਾਰੇ ਤੁਸੀਂ ਕੀ ਜਾਣਦੇ ਹੋ, ਕਹਾਣੀ ਵਿੱਚ ਕਥਾਨਕ ਤੋਂ ਕੀ ਭਾਵ ਆ, ਲੰਬੀ ਕਹਾਣੀ, ਨਿੱਕੀ ਕਹਾਣੀ ਵਿੱਚ ਅੰਤਰ, ਕਹਾਣੀ ਦਾ ਉਦੇਸ਼, ਤਾਂਸ਼ ਦੀ ਅੱਤ, ਕਹਾਣੀ ਦਾ ਵਿਸ਼ਾ ਕੀ ਹੈ, ਪੇਮੀ ਦੇ ਨਿਆਣੇ, ਕਹਾਣੀ ਵੀਰੋ ਬਾਰੇ ਤੁਸੀਂ ਕੀ ਜਾਣਦੇ ਹੋ, ਕਰੀਰ ਦੀ ਢਿੰਗਰੀ। ਅਸਲ ਵਿੱਚ ਲੇਖਕਾਂ ਦੇ ਨਾਮ ਵੀ ਆਉਂਦੇ ਨੇ, ਤਾਂ ਹੀ ਮੈਂ ਵੀਡੀਓ ਅਪਲੋਡ ਕੀਤੀਆਂ ਹੋਈਆਂ ਨੇ, ਠੀਕ ਹੈ। ਹਾਂਜੀ 22 ਦੇ ਵਿੱਚ ਜਿਹੜਾ ਪੇਪਰ ਆਇਆ ਹੋਇਆ ਸੀ, ਨਿੱਕੀ ਕਹਾਣੀ ਕੀ ਹੈ ਦੇ ਤੱਤ, ਲੰਬੀ ਕਹਾਣੀ ਦੇ ਸਰੂਪ ਦੇ ਤੱਤ, ਕਹਾਣੀ ਦਾ ਵਿਸ਼ਾ, ਵਸਤੂ ਦੇ ਸਾਰ, ਖਸਮਾਂ ਕਹਾਣੀ, ਕਰਾਮਾਤ, ਮੈਨੂੰ ਟਕੋਰ ਬਣਾ ਦੇ, ਪੈਰਾ ਕੀ ਇਹਦੀ ਬਣਤਰ, ਖਬਰ ਲੇਖ ਵਿੱਚ ਅੰਤਰ, ਲੇਖ ਨੇ ਲਿੰਗਿਕ ਬਰਾਬਰੀ ਪੰਜਾਬੀ ਗੀਤਕਾਰੀ ਵਿੱਚ, ਪੰਜਾਬੀ ਗੀਤਕਾਰੀ, ਬੇਰੁਜ਼ਗਾਰੀ ਅਤੇ ਪ੍ਰਵਾਸ, ਭਾਗੀੜੀ 'ਚ, ਸ਼ੋਰਟ ਕੁਸ਼ਚਨਸ।
ਹਾਂਜੀ ਅੱਗੇ ਮਾਡਲ ਟੈਸਟ ਪੇਪਰ ਆ। ਨਿੱਕੀ ਕਹਾਣੀ ਕੀ ਹੈ ਤਾਂ ਤੱਤ, ਮਿੰਨੀ ਕਹਾਣੀ ਦੇ ਸਰੂਪ ਦੇ ਤੱਤ, ਸਾਰ ਅੱਗੇ ਵਿਸ਼ਾ ਵਸਤੂ, ਰਾਸਲੀਲਾ, ਖਬਲ ਖੱਬਲ, ਛਵੀਆਂ ਦੀ ਰੁੱਤ, ਲੇਖ ਇਹਦੀ ਬਣਤਰ, ਮਿਡਲ ਅਤੇ ਅਖਬਾਰੀ ਲੇਖ। ਜਿਹੜੀਆਂ ਕਹਾਣੀਆਂ ਰਹਿੰਦੀਆਂ ਨੇ ਸਟੂਡੈਂਟਸ, ਉਹ ਮੈਂ ਤੁਹਾਨੂੰ ਕੱਲ੍ਹ ਤੱਕ ਆਰਾਮ ਨਾਲ ਅਪਲੋਡ ਮਿਲ ਜਾਣਗੀਆਂ। ਲਿੰਗਿਕ ਬਰਾਬਰੀ, ਜੋ ਕਿ ਗੀਤਕਾਰੀ ਵਿੱਚ ਹਿੰਸਾ, ਜਾਤ ਪਾਤ ਅਤੇ ਲਚਕਰਤਾ, ਬੇਰੁਜ਼ਗਾਰੀ, ਪ੍ਰਵਾਸ, ਕਹਾਣੀ ਕੀ ਹੈ, ਲੰਬੀ ਕਹਾਣੀ ਦੀ ਪਰਿਭਾਸ਼ਾ, ਇਹ ਸਾਰੇ ਸ਼ੋਰਟ ਕੁਐਸਚਨਸ ਨੇ। ਤੁਸੀਂ ਸਕਰੀਨਸ਼ੋਟ ਲੈ ਕੇ ਆਪਣੇ ਯਾਰ ਕਰ ਲਓ ਟਿਕ ਕਰਕੇ। ਸੈਕਿੰਡ ਮਾਡਲ ਟੈਸਟ ਪੇਪਰ, ਥੈਂਕਸ।